ਸਤਿ ਸ਼੍ਰੀ ਅਕਾਲ ਦੋਸਤੋ, ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਦੋਸਤਾਂ ਤੋਂ ਮੁਆਫ਼ੀ ਮੰਗਣਾ ਚਾਹੁੰਦਾ ਜਿਨ੍ਹਾਂ ਨੇ ਮੇਰੀ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਸੀ ਕਿ ਸਪੈਸ਼ਲ ਕਰੈਕਟਰਸ ਪੀਟਰ ਪਲੱਸ ਬੀ ਟਾਈਪਿੰਗ ਦੇ ਵਿੱਚ ਨਹੀਂ ਆਉਣਗੇ। ਦੋਸਤੋ, ਜਦੋਂ ਇਹਨਾਂ ਨੇ ਰਾਵੀ ਫੌਂਟ ਲਾਜ਼ਮੀ ਕੀਤਾ ਸੀਗਾ 2017 ਦੇ ਵਿੱਚ, ਉਦੋਂ ਇਹਨਾਂ ਨੇ ਆਪਣੀ ਇੱਕ ਅਫੀਸ਼ੀਅਲ ਨੋਟੀਫਿਕੇਸ਼ਨ ਵੀ ਨਾਲ ਦਿੱਤੀ ਸੀ। ਉਸ ਨੋਟੀਫਿਕੇਸ਼ਨ ਦੇ ਵਿੱਚ ਉਹਨਾਂ ਨੇ ਆਪਣੇ ਸਾਰੇ ਸਪੈਸ਼ਲ ਕਰੈਕਟਰ ਪਾਉਣ ਦੇ ਲਈ ਇੱਕ ਲਿਸਟ ਦਿੱਤੀ ਸੀ, ਅਤੇ ਉਹ ਲਿਸਟ ਮੈਂ ਤੁਹਾਨੂੰ ਦੱਸਣ ਜਾ ਰਿਹਾ, ਅਤੇ ਉਸਦੇ ਮੁਤਾਬਿਕ ਤੁਹਾਨੂੰ ਸਪੈਸ਼ਲ ਕਰੈਕਟਰਸ ਪਾਉਣ ਬਾਰੇ ਦੱਸਾਂਗਾ। ਦੋਸਤੋ, ਸਭ ਤੋਂ ਪਹਿਲਾਂ ਤਾਂ ਇਹ ਉਹਨਾਂ ਨੇ ਕੀ ਮੈਪ ਦਿੱਤਾ ਹੈ। ਕੀ ਮੈਪ ਮਤਲਬ ਜਿਹੜੇ ਵੀ ਵਰਡ ਆਪਾਂ ਨੇ ਟਾਈਪ ਕਰਨੇ ਨੇ ਪੰਜਾਬੀ ਦੇ ਵਿੱਚ, ਉਸ ਨੂੰ ਦਰਸਾਇਆ ਹੈ ਆਪਣੇ ਕੀਬੋਰਡ ਦੇ ਵਿੱਚ। ਦੋਸਤੋ, ਇਸ ਦੇ ਵਿੱਚ ਇੱਕ ਖਾਸ ਗੱਲ ਦਾ ਧਿਆਨ ਰੱਖਣਾ ਕਿ ਜਿਵੇਂ ਕਿ ਅੱਜ ਕੱਲ੍ਹ ਆਪਾਂ ਅੜਾੜਾ ਸ਼ਬਦ ਜੇ ਤੋਂ ਪਾਉਂਦੇ ਹਾਂ, ਇਸ ਦੇ ਵਿੱਚ ਅੜਾੜਾ ਸ਼ਬਦ ਨੂੰ ਜੇ ਤੋਂ ਨਹੀਂ, ਜੇ ਉੱਪਰ ਨਹੀਂ ਟਾਈਪ ਕੀਤਾ, ਲਿਖਿਆ ਨਹੀਂ ਹੋਇਆ, ਅਤੇ ਇਹ ਅੜਾੜਾ ਸ਼ਬਦ ਇੱਥੇ ਦੇਖੋ, ਇਹ ਅੜਾੜਾ ਸ਼ਬਦ ਇਹਨਾਂ ਨੇ ਆਲਟ ਦੇ ਨਾਲ ਜੱਜੇ, ਜਿੱਥੋਂ ਆਪਾਂ ਜੱਜਾ ਪਾਉਂਦੇ ਉਹਦੇ ਸੱਜੇ ਪਾਸੇ ਤੋਂ ਆਲਟ ਦੱਬ ਕੇ ਪਾਉਣ ਨਾਲ ਅੜਾੜਾ ਪੈਣ ਬਾਰੇ ਦੱਸਿਆ ਹੈ। ਦੋਸਤੋ, ਵੈਸੇ ਤਾਂ ਜੇ ਨਾਲ ਵੀ ਪੈ ਜਾਂਦਾ ਹੈ ਆਪਣੀ ਰਾਵੀ ਫੌਂਟ ਦੇ ਵਿੱਚ, ਪਰ ਇਹ ਇਹਨਾਂ ਨੇ ਅਜੇ ਤੱਕ ਕਲੀਅਰ ਨਹੀਂ ਕੀਤਾ ਕਿ ਅੜਾੜਾ ਸ਼ਬਦ ਆਲਟ ਦੇ ਨਾਲ ਪਵੇਗਾ ਜਾਂ ਜੇ ਦੇ ਨਾਲ ਪਵੇਗਾ, ਸ਼ਿਫਟ ਪਲੱਸ ਜੇ ਨਾਲ ਪਵੇਗਾ। ਦੋਸਤੋ, ਅੜਾੜੇ ਸ਼ਬਦ ਬਾਰੇ ਮੈਂ ਕੁਝ ਨਹੀਂ ਬੋਲਣਾ ਚਾਹਾਂਗਾ, ਕਿਉਂਕਿ ਇਹ ਤਾਂ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਮੁਤਾਬਿਕ ਤਾਂ ਅੜਾੜਾ ਸ਼ਬਦ ਇਹਨਾਂ ਨੇ ਆਲਟ ਦੇ ਨਾਲ ਹੀ ਵਰਤਣ ਨੂੰ ਕਿਹਾ। ਅਤੇ ਉਸ ਤੋਂ ਬਾਅਦ ਮੈਥੇਮੈਟੀਕਲ ਸਿੰਬਲਸ ਦੇ ਵਿੱਚ ਇਹਨਾਂ ਨੇ ਰੂਟ, ਹੈਸ਼, ਲੈਸ ਦੈਨ, ਗ੍ਰੇਟਰ ਦੈਨ, ਇਹਨਾਂ ਦੇ ਬਾਰੇ ਸਾਰਾ ਦੱਸਿਆ। ਅਤੇ ਇਹ ਨੋਟੀਫਿਕੇਸ਼ਨ ਮੈਂ ਆਪਣੀ ਯੂਟਿਊਬ ਦੀ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬੋਕਸ ਦੇ ਵਿੱਚ ਪਾ ਦੇਵਾਂਗਾ। ਦੋਸਤੋ, ਉੱਥੋਂ ਤੁਸੀਂ ਇਹ ਸਾਰੀ ਲਿਸਟ ਚੈੱਕ ਕਰ ਸਕਦੇ ਹੋ। ਅਤੇ ਇਸ ਤੋਂ ਬਾਅਦ ਇਹਨਾਂ ਨੇ ਸਿੰਬਲ ਸ਼ਾਰਟਕੱਟ, ਵੈਸੇ ਤਾਂ ਲੌਂਗ ਕੱਟ ਹੀ ਹੁੰਦਾ, ਪਰ ਇਹਨਾਂ ਨੇ ਸਿੰਬਲ ਸ਼ਾਰਟਕੱਟ ਇਨ ਰਾਵੀ ਫੌਂਟ ਲਿਖ ਕੇ ਨੀਚੇ ਕੁਐਸਚਨ ਮਾਰਕ, ਐਕਸਕਲੇਮੇਟਰੀ ਮਾਰਕ, ਇਹਨਾਂ ਦੇ ਸਾਰਿਆਂ ਦੇ ਇਹਨਾਂ ਨੇ ਕੀਬੋਰਡ ਦੇ ਉੱਪਰ ਸਾਰੇ ਕੀਬੋਰਡ ਦੱਸੇ ਹਨ ਕਿ ਕਿੱਥੋਂ ਇਹ ਸਿੰਬਲ ਪਵੇਗਾ। ਦੋਸਤੋ, ਨੀਚੇ ਕੁਝ ਹੋਰ ਵੀ ਜਿਵੇਂ ਕਰੰਸੀ ਸਿੰਬਲ, ਲੀਗਲ ਸਿੰਬਲਸ, ਇਹਨਾਂ ਨੂੰ ਵੀ ਦੱਸਿਆ ਗਿਆ। ਦੋਸਤੋ, ਪਰ ਇੰਨੀ ਘਬਰਾਉਣ ਵਾਲੀ ਗੱਲ ਨਹੀਂ, ਰਾਵੀ ਫੌਂਟ ਜਿਹੜਾ ਕਿ ਅਸੀਸ ਫੌਂਟ ਦੇ ਨਾਲੋਂ ਕੁਝ ਔਖਾ ਹੈ, ਵੈਸੇ ਤਾਂ ਸੌਖਾ, ਪਰ ਜਿਹੜੇ ਇਹ ਸਪੈਸ਼ਲ ਸਿੰਬਲਸ ਨੇ ਇਹਨਾਂ ਕਰਕੇ ਇਹ ਕੁਝ ਔਖਾ ਜਾਪਦਾ। ਪਰ ਦੋਸਤੋ, ਪਹਿਲੀ ਵਾਰ ਇਹ ਰਾਵੀ ਫੌਂਟ ਦੇ ਵਿੱਚ ਟਾਈਪਿੰਗ ਲੈ ਰਹੇ ਹਨ, ਅਤੇ ਇਸ ਕਰਕੇ ਇਹ ਜ਼ਿਆਦਾ ਫੌਂਟ ਨਹੀਂ ਪਾਉਣਗੇ। ਜਿੰਨੇ ਕੁ ਵੀ ਯਾਦ ਹੁੰਦੇ ਹਨ ਉਨੇ ਕੁ ਯਾਦ ਕਰ ਲਓ, ਕਿਉਂਕਿ ਸਾਰਿਆਂ ਨੂੰ ਇਹ ਸਾਰੇ ਦੇ ਸਾਰੇ ਫੌਂਟ ਯਾਦ ਨਹੀਂ ਹੋਣਗੇ। ਦੋਸਤੋ, ਆਪਣੀ ਟਾਈਪਿੰਗ ਟੈਸਟ ਦੀ ਤਿਆਰੀ ਪੂਰੀ ਦੱਬ ਕੇ ਕਰੋ, ਤੁਸੀਂ ਕਰ ਸਕਦੇ ਹੋ। ਅਤੇ ਇਸ ਦੀ ਕੱਟ ਆਫ ਦੇ ਬਾਰੇ ਮੈਂ ਅਜੇ ਕੁਝ ਨਹੀਂ ਕਹਿਣਾ ਚਾਹੂੰਗਾ। ਤੁਸੀਂ ਕੱਟ ਆਫ ਨੂੰ ਨਾ ਦੇਖੋ, ਆਪਣਾ 100% ਜ਼ੋਰ ਲਗਾ ਦਿਓ। ਦੋਸਤੋ, ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ, ਅਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ। ਸੋ ਧੰਨਵਾਦ ਦੋਸਤੋ।